ਉਹ ਪਰਲੇ ਪਾਸੇ ਲੈ ਜਾਓ ਪੁੱਛ ਲਓ ਉਹਨਾਂ ਨੂੰ ਲਾਲੀ ਵੱਲੋਂ 50 ਰੁਪਏ ਗੋਪੇ ਨੂੰ ਰੇਡਰ ਨੂੰ ਤੇ 50 ਰੁਪਏ ਉਹਦੇ ਭਰਾ ਜੱਗੇ ਨੂੰ ਦੋਨੋਂ ਭਰਾ ਕਬੱਡੀ ਖੇਡਦੇ ਆ ਨਾਲ ਚਾਚੇ ਦਾ ਪੁੱਤ ਤੇਜਪਾਲ ਵੱਡੇ ਮਾਨ ਸਨਮਾਨ ਜਿਹੜੇ ਦਿੱਤੇ ਜਾ ਰਹੇ ਨੇ ਦਲੇ ਪਾਸੇ ਕਹਿੰਦੇ ਉਹਦੀ ਕਬੱਡੀ ਸਾਡੇ ਨਿੱਕੇ ਵਰਗੇ ਵਧੀਆ ਕਬੱਡੀ ਖਿਡਾਰੀ ਖੇਡਦੇ ਨੇ ਮੈਦਾਨ ਦੇ ਅੰਦਰ ਲਓ ਕਹਿੰਦਾ ਕਿ ਕਿੰਦੂ ਪੀਮਾ ਗੋਗੋ ਲੱਕੀ ਜੱਟ ਕੁਰਾਲੀ ਦਾ ਅਲੀ ਮੰਗਾ ਤੇ ਦਾਰਾ ਜੱਫਾ ਖਾਨੋ ਵਾਲੀ ਦਾ ਦੱਸ ਦਿੰਦਾ ਸੀ ਰਾਣਾ ਫੰਜ ਵੀ ਕਿੱਦਾਂ ਖੇਲੀ ਦਾ ਸੀ ਗੁਰ ਦਾ ਪੱਕਾ ਸਵਰਨਾ ਮੀਕਾ ਯਾਦ ਮੇਲੀ ਦਾ ਕਿ ਐਵੇਂ ਨਹੀਂ ਜੱਗ ਕਿਸੇ ਕਹਿੰਦਾ ਦਿਲਦਾਰਾਂ ਦੇ ਖੇਡਣ ਯੋਰਾ ਨਾਲ ਕਬੱਡੀ ਪੁੱਸਰਦਾਰਾਂ ਦੇ ਕਿ ਉਮਰ 22 ਸਾਲ ਜਿਹਦੀ ਚੜ੍ਹਦੀ ਜਵਾਨੀ ਹੈ ਫਰਿਆਦ ਦੀ ਤਾਂ ਯਾਰ ਹੁਣ ਦੁਨੀਆ ਦੀਵਾਨੀ ਹੈ ਕਿ ਫਰਿਆਦ ਦੀ ਤਾਂ ਯਾਰ ਹੁਣ ਦੁਨੀਆ ਦੀਵਾਨੀ ਹੈ ਦੁਨੀਆ ਦੀਵਾਨੀ ਹੈ ਇਸ ਕਬੱਡੀ ਖਿਡਾਰੀ ਦੀ ਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਗੋਪਾ ਵਧਿਆ ਹੋਇਆ ਚਿੱਟੀ ਵਾਲਾ ਤੇ ਹੁਣ ਦੇਖਦੇ ਵੀ ਚਾਰਾਂ ਦੇ ਵਿੱਚੋਂ ਦੋ ਨੰਬਰ ਤੇ ਹੁਣ ਕਰੂ ਕਮਾਲ ਕਦੀ ਗੁੱਟ ਫੜਦਾ ਕਦੀ ਧੌਲ ਮਾਰਨ ਦੀ ਕੋਸ਼ਿਸ਼ ਕਰਦਾ ਲੇਕਿਨ ਨੰਬਰ ਰੇਡਰ ਦੇ ਵਾਸਤੇ ਜੁੜ ਗਿਆ ਪੁਆਇੰਟ ਸਮੇਤ ਆ ਵੀ ਦੇਸੇ ਚਿੱਟੀ ਦੇ ਵਾਸਤੇ ਹੋਰ ਪੁਆਇੰਟ ਚੱਲ ਵੀ ਮੂਲੇਵਲ ਖਹਿਰਾ ਦੇ ਵੱਲੋਂ ਅਗਲੀ ਕਬੱਡੀ ਬਨਵਾਲੀਪੁਰ ਦੀ ਟੀਮ ਬਿਲਕੁਲ ਤਿਆਰ ਹੈ ਮੈਂ ਬੇਨਤੀ ਕਰਾਂਗਾ ਬਜਵਾ ਕਲਾਂ ਦੀ ਟੀਮ ਨੂੰ ਵੀ ਤਿਆਰ ਰਵੇ ਹਾਂਜੀ ਸਾਡੇ ਹੈਪੀ ਵੀਰ ਦੇ ਵੱਲੋਂ ਜੱਗੇ ਦੇ ਵਾਸਤੇ 100 ਰੁਪਏ ਦੇ ਵੱਡੇ ਮਾਨ ਸਨਮਾਨ ਸਾਡੇ ਹੈਪੀ ਉਹਨਾਂ ਦੇ ਵੱਲੋਂ ਤੇ ਇਧਰਲੇ ਪਾਸੇ ਸਾਡੇ ਦੇਸਰਾ ਜੀ ਪੰਮੇ ਦੇ ਵਾਸਤੇ ਵੱਡੇ ਮਾਨ ਸਨਮਾਨ ਕਰ ਰਹੇ ਨੇ ਸੋ ਸਾਰਿਆਂ ਦਾ ਧੰਨਵਾਦ ਹੈ 100 ਰੁਪਇਆ ਵੱਡੇ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਲੇਕਿਨ ਇਧਰਲੇ ਪਾਸੇ ਨੰਬਰ ਫੇਰ ਜਾਫੀ ਦਾ ਕਿਆ ਬਾਤ ਹੈ ਚੱਲ ਵੀ ਨਿੱਕੂ ਪਾ ਕਬੱਡੀ ਨੌਜਵਾਨ ਨਿੱਕੂ ਬਿਲਕੁਲ ਤਿਆਰ ਬਰ ਤਿਆਰ ਇਹ ਵੀ ਵਧੀਆ ਕਬੱਡੀ ਖਿਡਾਰੀ ਹੈ ਵਧੀਆ ਥੋੜਾ ਜਿਹਾ ਨਵਾਂ ਨਕੋਰ ਹੈ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮਿਹਨਤ ਕਰਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਾਮ ਜਿਹੜਾ ਜ਼ਰੂਰ ਚੱਲੇਗਾ ਇਸ ਖਿਡਾਰੀ ਦਾ ਵਧੀਆ ਕਬੱਡੀ ਦਾ ਖਿਡਾਰੀ ਵੱਜ ਗਈ ਪਹਿਲੀ ਕਬੱਡੀ ਦੇ ਉੱਪਰ ਪਹਿਲੀ ਕੈਂਚੀ ਕਿ ਇਹ ਕੈਂਚੀ ਹਮੇ ਖਾਕ ਰੋਕੇਗੀ ਪਰ ਫਲਾਣੇ ਸੇ ਹਮ ਹੌਸਲੋ ਸੇ ਉਡਾ ਕਰਤੇ ਹੈ ਕਿ ਹਮ ਹੌਸਲੋ ਸੇ ਉਡਾ ਕਰਤੇ ਹੌਸਲੇ ਦੇ ਨਾਲ ਖੇਡ ਕਬੱਡੀ ਦੇ ਨੰਬਰ ਮੂਲੇਵਲ ਖਹਿਰਾ ਦੀ ਟੀਮ ਦੇ ਸੇ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਫੇਰ ਨੌਜਵਾਨ ਵੱਧ ਚੁੱਕਾ ਚਾਰਾਂ ਦੇ ਵਿੱਚੋਂ ਗੁਰਵਿੰਦਰ ਇੱਕ ਪਾਸੇ ਨਾਲ ਦੂਸਰੇ ਪਾਸੇ ਜੱਗਾ ਕਾਂ ਡੱਕੂ ਚਾਰਾਂ ਦੇ ਵਿੱਚ ਲਓ ਗੁਰਵਿੰਦਰ ਕਹਿੰਦਾ ਮੈਂ ਡੱਕ ਕੇ ਦਿਖਾਉਣਾ ਸੁਨੌਜਾਂ ਨੂੰ ਕਿ ਕਲਗੀਆਂ ਵਾਲਿਆ ਲਿਖਾ ਕਿ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਕਾਰ ਵੱਡਾ ਤੇਰੇ ਚੋਚ ਵੱਡੇ ਤਰੀ ਵਡਿਆਈ ਵੱਡੀ ਜੋਜ਼ੀ ਗੁਣਾਂ ਦਾ ਤੇਰਾ ਭੰਡਾਰ ਵੱਡਾ ਕਿ ਤਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਦੀ ਕੀਤਾ ਸਿਰਾਂ ਦਾ ਤੁਸੀਂ ਵਪਾਰ ਵੱਡਾ ਜੁਗਾ ਜੁਗਾ ਨਾ ਥੋੜਾ ਖਾਲਸੇ ਤੋਂ ਇਹ ਸਿੱਖ ਕੌਮ ਤੇ ਤੇਰਾ ਉਦਾਰ ਵੱਡਾ ਗੁਰਵਿੰਦਰ ਨੂੰ ਜਿੰਨੇ ਜੱਫੇ ਲਾਵੇਗਾ 100 ਰੁਪਇਆ ਚਾਚੇ ਮੋਹਨ ਸਿੰਘ ਵੱਲੋਂ 100 ਰੁਪਇਆ ਗੋਪੇ ਨੂੰ ਤੇ 100 ਰੁਪਇਆ ਹੀ ਕਿੰਦੇ ਨੂੰ ਚਾਚੇ ਮੋਹਨ ਸਿੰਘ ਵੱਲੋਂ ਚਾਚਾ ਮੋਹਨ ਸਿੰਘ ਜੀ ਵੱਡੇ ਮਾਨ ਸਨਮਾਨ ਗੁਰਵਿੰਦਰ ਉਹਨਾਂ ਦੇ ਵਾਸਤੇ ਕਰਨਗੇ ਜਿੰਨੇ ਜੱਫੇ ਉਹਨੇ ਵੱਡੇ ਮਾਨ ਸਨਮਾਨ ਚੱਲ ਵੀ ਇਧਰਲੇ ਪਾਸੇ ਕਬੱਡੀ ਫਿਰ ਮੈਦਾਨ ਦੇ ਵਿੱਚ ਪੈਂਦੀ ਹੋਏ ਕਿ ਇੱਕ ਮਾਰੇ ਡਾਜ ਦੂਜਾ ਲੱਤੀ ਵੜ ਜਾਂਦਾ ਲੱਤਾਂ ਨੂੰ ਵੜ ਕੇ ਲਪੇਟਾ ਪਿਆ ਹੋਇਆ ਤੇ ਗੱਲ ਕੀ ਬਣਦੀ ਮੈਦਾਨ ਦੇ ਅੰਦਰ ਮਿੱਟੀ ਨਾ ਫਰੋਲ ਜੋਗੀ ਆ ਨਹੀਂ ਉਹ ਲੱਭਣੇ ਲਾਲ ਗਵਾਜੇ ਕਿ ਮਿੱਟੀ ਨਾ ਫਰੋਲ ਜੋਗੀ ਆ ਨਹੀਂ ਉਹ ਲੱਭਣੇ ਲਾਲ ਗਵਾਜੇ ਚੱਲ ਵੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਲੱਭ ਪਈ ਹੋਈ ਕਬੱਡੀ ਦੇ ਉੱਪਰ ਲੱਗਦਾ ਹੋਇਆ ਜੱਫਾ ਤੇ ਨੰਬਰ ਲਗਭਗ ਰੇਡਰ ਦਾ ਕਿ ਜਾਫੀ ਦਾ ਪੁੱਠੀ ਕੈਂਚੀ ਵੱਜ ਗਈ ਹੈ ਬਈ ਆਪਣੇ ਦੰਦ ਚੀਨ ਦੀ ਕੰਧ ਵਰਗੀ ਮਜ਼ਬੂਤੀ ਨਾਲ ਇੱਕ ਵਾਰੀ ਪੈ ਜੇ ਪੁੱਠੀ ਕੈਂਚੀ ਤੇ ਫੇਰ ਯਾਰ ਉਹ ਗੱਲ ਕਸੂਤੀ ਨਾਲ ਲਓ ਗੱਲ ਕਸੂਤੀ ਤੇ ਪੁਆਇੰਟ ਜਾਫੀ ਦਾ ਚੱਲ ਵੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਫੇਰ ਨੌਜਵਾਨ ਬਿਲਕੁਲ ਤਿਆਰ ਬਰ ਤਿਆਰ ਦੇ ਸਾਹਮਣੇ ਚਾਰ ਖਿਡਾਰੀਆਂ ਦੇ ਵਿੱਚੋਂ ਦੇਖਦੇ ਵੀ ਕੌਣ ਡੱਕੂ ਸਰਾਜ ਨੂੰ ਮਲੂਕ ਕਿ ਨਾਜ਼ਕ ਪੈਰ ਮਲੂਕ ਸਸੀ ਦੇ ਵਿੱਚ ਥਲਾਂ ਦੇ ਸੜ ਗਏ ਕਿ ਨਾਜ਼ਕ ਪੈਰ ਮਲੂਕ ਸਸੀ ਦੇ ਵਿੱਚ ਥਲਾਂ ਦੇ ਸੜ ਗਏ ਨੰਬਰ ਜਾਫੀ ਦਾ ਨੰਬਰ ਇਸ ਸਮੇਂ ਦੇਖਦੇ ਵੀ ਫਿਰ ਚਿੱਟੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਸਾਡੇ ਸਤਿਕਾਰਯੋਗ ਵੱਡੇ ਮਾਨ ਸਨਮਾਨ ਕਰ ਰਹੇ ਨੇ ਸਰਦਾਰ ਮੋਹਰਾ ਸਿੰਘ ਜੀ ਪਰ ਇਧਰਲੇ ਪਾਸੇ ਗੋਪਾ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਕਿ ਦੋ ਵੀਰ ਦਹੀਂ ਵੇ ਰੱਬਾ ਇੱਕ ਮੁੰਸ਼ੀ ਤੇ ਇੱਕ ਪਟਵਾਰੀ ਆ ਵੀ ਦੋ ਵੀਰ ਕਬੱਡੀ ਖੇਡਦੇ ਇੱਕ ਰੇਡਰਾਂ ਦੇ ਤੌਰ ਤੇ ਇੱਕ ਜਾਫੀਆਂ ਦੇ ਤੌਰ ਤੇ ਆ ਨੌਜਵਾਨ ਧਾਵੀਆਂ ਦੇ ਤੌਰ ਤੇ ਖੇਡਦਾ ਪੰਜਾਬ ਦੇ ਵਿੱਚ ਲਾ ਹਲਕਾ ਜਿਹਾ ਟੱਚ ਤੇ ਗੋਪਾ ਝੂਲਦਾ ਹੋਇਆ ਨੰਬਰ ਆਪਣੀ ਟੀਮ ਦੇ ਵਾਸਤੇ ਜੁੜਦਾ ਹੋਇਆ ਕਿ ਖੇਡ ਕਬੱਡੀ ਉਸ ਰੁੱਤ ਵਿੱਚ ਹੈ ਖੇਡ ਹੁੰਦੀ ਜਿਹਨੂੰ ਕਹਿੰਦੇ ਨੇ ਜੋਬਨ ਦੀ ਰੁੱਤ ਲੋਕੋ
रेडर हथ ला के इंज चूमते ने जिमें चूमे पंजाबन की गुत लोको भाई जिमें चूमे पंजाबन की गुत लोको इधरे पासे साढ़े 365.com वाले वीर कैमरे फोक्स ने फोटा खिंच रहे ने साढ़े वीर का धन्यवाद है। लो अगली कबड्डी के पर जग्गा फिर डकन की कोशिश करता हुआ मैदान के अंदर के जगे जट दे कबूतर चीने नदियों पार चुकते दाने हम देख रहे भी गल की बनती मैदान के अंदर पॉइंट फिर जरा रेडर दे से जुड़ गया है। चल भी अगली कबड्डी पाने वास्ते फिर नौजवान वधिया हुए चार बिल्कुल तैयार ने लोगों का वड्डा हजूम है देखने वास्ते इन्हां मैचों नूं ताबा पार हो के लोग इस मुकाबले नूं तक रहे ने हुण देख रहे भी नौजवान डकन की कोशिश करू। हैलो चीमा वर्सज नल माणक चीन चीमा वर्सज नल माणक ये भी दोनों टीम तैयार बार तैयार रहन जदों सद्दा दईए ग्राउंड विच प्रवेश कर जाण। हाँ जी चलते हो मैं हाथ समा लिया भी स्कोर साडा वीर वड्डियां जिम्मेवारियां ने साथी दियां 13-13 तोल दा 13-3 दिनां तो। हाँ जी मूलेवाल खैरा दे नंबर ने चार ते चिट्टी दे पॉइंट ने 16.5 नंबर 16.5 एक बारी ताड़ी मार दो चिट्टी दे वास्ते जेकर चिट्टी दे खिलाड़ी वधिया लग रहे ने तुहानूं 16.5 पॉइंट चिट्टी दे ते 4 पॉइंट मूलेवाल खैरा दे वधिया मुकाबला। और इस तो बाद बनवालीपुर की टीम बिल्कुल तैयार रहे बनवालीपुर का मुकाबला बजवा कलां दे नाल खेडिया जाएगा इस तो अगला। सो टीम बिल्कुल तैयार रहनगियां चीमे कलां की टीम भी बिल्कुल तैयार पर तैयार रहे चीमे कलां की टीम साढ़े किंदे पहलवान उन्हां दे अगे बेनती भी वह भी अपनी टीम को तैयार करके जल्दी तो जल्दी लैके आएंगे अगले मुकाबले के वास्ते। और ये जिहड़ा मैच है सैकंड हाफ की हुण गेम जिहड़ी खेडी जाएगी ते साडे प्रबंधक जिहड़े वड्डा माण महसूस कर रहे ने इन्हां सारे कबड्डी दे खिलाड़ियों दे उपर लागली कबड्डी गोपा पाउण दे वास्ते फिर बिल्कुल तैयार पर तैयार सैकंड हाफ की खेड खेडी जा रही है। ते कबड्डी मूलेवाल खैरां दे वल्लों साडे कुलवंत कोड़ीए दा धन्नवाद करिए साडे वीर दा सवेर तो नहीं कल तो वड्डियां सवावां दे रहा इस वीर दा भी धन्नवाद है छोटी उम्र दे विच वड्डियां पुलांगा पुटदा होया मालक मेहर करे इसकी जबान दे विच इसके गले दे विच ताकत बख्शे भी आने वाले समय दे विच इस तो भी वड्डा बुलारा बने। तो इधले पासे किंदे की कबड्डी है चार खिलाड़ी बिल्कुल तैयार ने चारां दे विचों हल्का जिहा टच है ते हल्का जिहा टच ला के नंबर फिर तो अपनी टीम दे वास्ते एक होर नंबर जोड़दा होया। चल भी अगली कबड्डी मूलेवाल खैरियां दे चार खिलाड़ियों दे विचों एक रेड पाउण दे वास्ते वधिया होया ते नवां नकोर वज गई कैंची ते पॉइंट लगभग जाफी दे वास्ते एक होर पॉइंट जुड़ गया है। नेकी इस मैच तो बाद बजवा कला वर्सज बनवालीपुर इन्हों दोनों टीमों का मैच होना उस तो बाद नल माणक वर्सज चीमा कला बनवालीपुर की टीम बिल्कुल तैयार ब तैयार रहे अगले मैच के वास्ते बनवालीपुर का मुकाबला खेडा जाएगा बजवा कला के नाल। और इधरले पासे मैं जिथे वड्डे योगदान ने जिन्हां परिवारां दे उन्हां दा मैं विशेष तौर ते धन्नवादी हां साडे सत्कार योग सरदार कुलविंदर सिंह जी सिद्धू जिन्हां दे परिवार दे वल्लों 51,000 रुपए का बहुत वड्डा सहयोग है साडे स्केट क्लब नूं। सो मैं साडे क्लब दे प्रधान उन्हां दे वल्लों सारियां शख्सियतां दे वल्लों इन्हां दा धन्नवादी हां। साडे सतेंद्र पाल सिंह जी कनेडा 20,000 रुपया सरदार गुरदीप सिंह जी यूके उन्हां दे वल्लों भी वड्डा सहयोग है धन्नवाद उन्हां दा। ते उन्हां दे नाल साडे सत्कारयोग जथेदार दरबारा सिंह जी यूएसए वाले उन्हां दा भी वड्डा सहयोग है धन्नवाद। सरदार बलवीर सिंह जी अटवाल सो धन्नवाद। अमरीक सिंह जी फौजी साहब यूके सो धन्नवाद है साडे वीर दा और उन्हां दे साथियों दा उन्हां दे परिवारां दा मैं विशेष तौर ते तह दिलों ऋणी हां जिन्हां दे वल्लों एडे वड्डे सहयोग दिते गए ने। हाँ जी मूव समरे पुजदी करो जिस वीर दे कोल मूव समरे होवे वह मूह सबरे पुजी कर देवे जाफियां दे वास्ते। इधरले पासे साढ़े वीर बजवा कला के खिलाड़ी अगला मुकाबला खेडण दे लई बिल्कुल तैयार वर तैयार ने बनवालीपुर का मैच खेडा जाएगा बजवा कला दे नाल।
बनवालीपुर का मुकाबला बजवा कलां दे नाल बहुत ही वधिया खेडा जाएगा। खिलाड़ी बिल्कुल तैयार पर तैयार ने और इस तो अगले मैच जिहड़े चीमिया का खेडा जाएगा नल माणक दे नाल, सो वह भी टीम बिल्कुल तैयार पर तैयार हो। चीमा दे नल माणक मूले वाल खड़ा छे पॉइंट के चिट्टी नंबर ने साढ़े इक्की नंबर चिट्टी चिट्टी जेतू है। चिट्टी जी इस टीम जथेदार दरबारा सिंह चिट्टी चिट्टी वालों 500 रुपया दिता जा रहा। असी स्पोर्ट्स क्लब वालों जथेदार दरबारा सिंह होरां दा बहुत बहुत धन्यवाद करते हैं। ये एक होर खिडारियों की सूचना वास्ते है कि जो वधिया जाफी ते वधिया रेडर है उस वास्ते असी LED 32 इंच लैंदियां हन एक एक दोनों खिडारियों नूं पेट करनी है। ये ऐतकी असी पहली दफा इस टूरनामेंट कर रहे हैं। चीमा कला नल माणक दोनों टीम जल्दी तो जल्दी ग्राउंड पहुंच जाए। चीमा कला वासे नल माणक इस मैच तो बाद इन्हों का मैच होना चीमा कला नल माणक। लखे भाजी आ जाओ टीम लेके कुलदीप सिंह पंडाल वालों गुरविंदर भरा पिंदर 100-100 रुपया। गुरविंदर अपना नाम ले जायो भाई गोपे दे भी आ तेरे भी आ ते किंदे दे भी आ। हेलो बनवालीपुर का मुकाबला खेडा जाएगा हुण बजवा कलां दे नाल। सो खिडारी जिहड़े बिल्कुल तैयार ने खिडारी अपने आप नूं वार्म अप कर रहे ने। इधरले पासे लाइटां जिहड़ियां हल्की हल्की जग चुकियां ने साडे थराज लाइट सर्विस वालियां दा मैं विशेष तौर ते ऋणियां जिहड़ियां अज पुज्जे होए ने उचेचे तौर ते कलवंत कोहलिया जी इस वीर दा वी धन्नवाद है। साडे होटल दीआं सलावां लै के साडे सत्कारयोग चाचा जी पुजे हुए ने इन्हों का भी धन्यवाद है। साढ़े लवली साउंड सर्विस वाले का धन्यवाद 365 Kabaddi.com वाले का धन्यवाद है। और जिन्हें भी दर्शक जुड़े ने सो इन सारे दर्शकों का एक बार फिर तो बहुत बहुत स्वागत किया जा रहा है। बनवालीपुर मेरे तो बिल्कुल सज्जे पासे पिंड वाले पासे बनवालीपुर बजवा कलां की टीम जी बिल्कुल मेरे तो सज्जे खब्बे पासे स्टेज वाले पासे यह बजवा कलां की टीम है। पहली कबड्डी पाने वास्ते विक्की ढंडो वाली है बिल्कुल तैयार बर तैयार है। मैदान के धरती मां नूं टेक के मत्था वधिया होया है ते सामने चार खिलाड़ियों के देखते भी साबी वर्गे नाल गोपी वर्गे बनवालीपुर के खिलाड़ी बिल्कुल तैयार बर तैयार ने। पहली कबड्डी पैंदी होई ते सामने चारां दे विचों कौन डुकू हल्का जिहा टच लाओ फिर गोपी करू कमाल ला हल्का जिहा टच ला के हवा हवाई होने की कोशिश करता होया इतले पासे उच्चे लंबे कद वाला ते पॉइंट रेडर द चल भी इकबाल पा कबड्डी नौजवान। हेलो इकबाल सिंह मारन के उपर टैटू बनाए हुए जलालपुरी पाले वगैरा शमशपुरी सुल्तान वगैरा साढ़े अज दे मुख मेहमान सरदार सरबण सिंह जी फलौर साहब विधायक जी पहुंच चुके ने। साढ़े सत्कारयोग सरदार सरवर सिंह जी फलौर साहब जिन्हों की आमद हुई है साढ़े को फुलां वर्गी उन्हों का सत्कार किया जा रहा उन्होंने जिया आख्या जा रहा साढ़े प्रबंधकों वालों सरदार सरवर सिंह जी फलौर साहब जिहड़े जरूरी रुझेवियां दे विचों एक रुझेवा शामिल कर रहे हैं अज दे इस खेड कबड्डी का साढ़े कोल। सो धन्नवाद है उन्होंने जिया आख्या जा रहा सारी प्रबंधकी कमेटी के वालों कि तुसीं साढ़े घर आए असीं फुले ना समाए। सो साढ़े अज वेड़े दे विच तशरीफ फरमा हुई है साढ़े सत्कारयोग सरदार सरवण सिंह जी फलौर उन्हां दी। सो उन्हां दा स्वागत है जी आयां नूं। इहदे पासे संदीप बाबा लोग एक्शन करदे ने इस दे याद ल संदीप दी कबड्डी दूसरे पासे बल्ले 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 होण वाली गल ते पॉइंट रेडर दे वास्ते नंबर बनवालीपुर दे वास्ते जुड़दा होया। चल भी अगली कबड्डी पाउण दे वास्ते शिंदा शिंदा जट
ਇਹ ਬਿੱਲੋ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਨੂੰ ਚੱਲ ਚੱਲੀਏ ਸ਼ਿੰਦੇ ਦਾ ਗਾਣਾ ਪ੍ਰਸਿੱਧ ਹੋਇਆ ਆ ਵੀ ਸ਼ਿੰਦਾ ਖੇਡ ਕਬੱਡੀ ਦਾ ਰੇਡ ਪਾਉਣ ਦੇ ਵਾਸਤੇ ਵਧਿਆ ਹੋਏ ਤੇ ਸਾਹਮਣੇ ਚਾਰਾਂ ਦੇ ਵਿੱਚੋਂ ਨਵਾਂ ਨਕੋਰ ਖਿਡਾਰੀ ਤੇ ਪੁਆਇੰਟ ਸੱਡੇ ਪੰਡਿਤ ਜੀ ਸਿੰਘ ਮਧੂਨਾ ਵਾਲੇ ਇਸ਼ਾਰਾ ਕਰ ਰਹੇ ਨੇ ਵੀ ਰੇਡਰ ਦੇ ਵਾਸਤੇ ਪੁਆਇੰਟ ਜਿਹੜਾ ਇਸ ਸਮੇਂ ਫੇਰ ਧਾਵੀ ਦੇ ਨਾਲ ਜੁੜਦਾ ਹੋਇਆ ਚੱਲ ਵੀ ਮਾਂ ਪਾ ਕਬੱਡੀ ਨੌਜਵਾਨ ਠੀਕ ਹੈ ਜਦੋਂ ਤੇਰਾ ਦਿਲ ਕਰੇ ਉੱਠ ਕੇ ਆ ਸਕਦਾ ਤੂੰ ਮੇਰੇ ਕੋਲ ਛੋਟਾ ਵੀਰ ਹੈ ਮੇਰਾ ਕੁਲਵੰਤ ਘੋਲੀ ਆ ਸਰੀਰ ਦੇ ਕੇ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਚੇਤੇ ਤੌਰ ਤੇ ਸਾਡੇ ਗੁਰਵਿੰਦਰ ਹੋਣਾ ਦੇ ਪਿਆਰ ਭਰੇ ਸੱਦਿਆਂ ਨੂੰ ਲੈ ਕੇ ਪੁੱਜਿਆ ਸੋ ਇਧਰਲੇ ਪਾਸੇ ਸਾਡੇ ਸਰਵਣ ਸਿੰਘ ਜੀ ਫਲਾਵਰ ਸਾਹਿਬ ਹੋਣਾ ਦਾ ਇੱਕ ਵਾਰੀ ਫਿਰ ਤੋਂ ਮੋਸਟ ਵੈਲਕਮ ਆਖਿਆ ਜਾ ਰਿਹਾ ਸਾਡੇ ਸਾਰੇ ਪ੍ਰਬੰਧਕਾਂ ਦੇ ਵੱਲੋਂ ਨਿੱਘੀ ਜੀਆਂ ਨੂੰ ਔਰ ਨਾਲ ਦੀ ਨਾਲ ਜਿਹੜਾ ਥਰਡ ਰਾਊਂਡ ਉਹ ਵੀ ਆਪਾਂ ਤਿਆਰ ਕਰਦੀ ਆ ਵੀ ਤਾਂ ਜੋ ਕਿ ਟੀਮਾਂ ਦੇ ਖਿਡਾਰੀ ਆਪੋ ਆਪਣੇ ਮੈਚ ਮੁਤਾਬਕ ਬਾਹਰ ਹੀ ਬੰਨ ਲੈਣ ਵਿੱਕੀ ਦੀ ਕਬੱਡੀ ਦੇ ਉੱਪਰ ਦੂਸਰੇ ਪਾਸੇ ਪੈ ਗਿਆ ਲੱਕ ਨੂੰ ਫੇਰ ਲਪੇਟ ਕਿ ਜਿੰਦ ਕਲੀ ਤੇ ਮਲਾਜੇ ਦੇ ਰਬਾਲੇ ਮੈਂ ਕੀਦਾ ਮਾਣ ਰੱਖ ਲਾ ਹੱਥਾਂ ਦੇ ਵਿੱਚੋਂ ਨਿਕਲਦਾ ਜਾ ਰਿਹਾ ਤੇ ਪੁਆਇੰਟ ਇਸ ਸਮੇਂ ਰੇਡਰ ਦੇ ਹਿੱਸੇ ਨੰਬਰ ਜਿਹੜਾ ਫੇਰ ਬਾਜਵਾ ਕਲਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਇਕਬਾਲ ਸਿੰਘ ਪਾ ਕਬੱਡੀ ਨੌਜਵਾਨ ਇੱਕ ਇਕਬਾਲ ਗਾਲਿਬ ਉਰਦੂ ਦਾ ਸ਼ਾਇਰ ਹੋਇਆ ਇੱਕ ਇਕਬਾਲ ਗਾਲਿਬ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਰਹਿੰਦਾ ਸਾਡੀ ਖੇਡ ਕਬੱਡੀ ਦਾ ਅੰਤਰਰਾਸ਼ਟਰੀ ਬੁਲਾਰਾ ਸਾਡੇ ਜਨਾਬ ਮੱਖਣ ਲਈ ਉਹਨਾਂ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਜਿਹਨਾਂ ਸ਼ਖਸੀਅਤਾਂ ਦਾ ਸਾਡੇ ਸ਼ਾਮ ਸਿੰਘ ਜੀ ਸ਼ਾਮਾ ਸੌਤਾ ਚਿੱਟੀ ਵਾਲੇ ਜਸਪਾਲ ਸਿੰਘ ਜੀ ਰਾਣਾ ਬਨਵਾਲੀਪੁਰ ਸੋ ਸਾਰੇ ਜਿਹੜੇ ਅੱਜ ਦੇ ਸਤਿਕਾਰਯੋਗ ਵੀਰ ਸ਼ਖਸੀਅਤਾਂ ਨੇ ਸੋ ਇਹਨਾਂ ਦਾ ਧੰਨਵਾਦ ਹਾਂਜੀ ਸਾਡੇ ਬਹੁਤ ਹੀ ਸਤਿਕਾਰਯੋਗ ਮੈਂ ਵਿਸ਼ੇ ਤੌਰ ਤੇ ਅੱਜ ਦੇ ਇਸ ਖੇਡ ਮੇਲੇ ਦੇ ਵਿੱਚ ਇਨਾਮਾਂ ਦੀ ਵੰਡ ਕਰਨ ਦੇ ਵਾਸਤੇ ਸਾਡੇ ਕੋਲ ਮੁੱਖ ਸ਼ਖਸੀਅਤਾਂ ਜਿਹੜੀਆਂ ਪੁੱਜੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਜਿਹੜੇ ਅੱਜ ਵਿਸ਼ੇ ਤੌਰ ਤੇ ਆਪਣੇ ਜ਼ਰੂਰੀ ਰੁਝੇਵਿਆਂ ਦੇ ਵਿੱਚੋਂ ਇੱਕ ਰੁਝੇਵੇਂ ਨੂੰ ਸ਼ਾਮਿਲ ਕਰਕੇ ਸਾਡੇ ਪ੍ਰਬੰਧਕਾਂ ਦੇ ਪਿਆਰ ਭਰੇ ਸੱਦਿਆਂ ਨੂੰ ਲੈ ਕੇ ਵਿਸ਼ੇ ਤੌਰ ਤੇ ਪੁੱਜੇ ਹੋਏ ਨੇ ਸਾਡੇ ਸਰਦਾਰ ਸਰਵਣ ਸਿੰਘ ਜੀ ਫਲਾਵਰ ਸਾਹਿਬ ਸੋ ਉਹਨਾਂ ਨੂੰ ਜੀਆਂ ਨੂੰ ਆਖਿਆ ਜਾ ਰਿਹਾ ਔਰ ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਗੁਰਦੀਪ ਸਿੰਘ ਨਾਗਰਾ ਕੌਂਸਲਰ ਯੂਥ ਅਕਾਲੀ ਦਲ ਆਗੂ ਨੇ ਔਰ ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਸੁਰਿੰਦਰ ਸ਼ਿੰਦਾ ਜੀ ਜਿਹੜੇ ਜਨਰਲ ਸਕੱਤਰ ਨੇ ਅਕਾਲੀ ਦਲ ਦੇ ਸੋ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਵਿਸ਼ੇ ਤੌਰ ਤੇ ਅੱਜ ਉਚੇਚੇ ਤੌਰ ਤੇ ਸਾਡੇ ਕੋਲ ਪੁੱਜੇ ਹੋਏ ਨੇ ਸਾਰੇ ਪ੍ਰਬੰਧਕਾਂ ਦੇ ਵੱਲੋਂ ਉਹਨਾਂ ਨੂੰ ਇੱਥੇ ਬੁਲਾਉਣ ਤੇ ਇੱਕ ਵਾਰੀ ਮੋਸਟ ਵੈਲਕਮ ਆਖੀ ਜਾ ਰਹੀ ਹੈ ਪਰਮਜੀਤ ਪੰਮੀ ਜਿੱਥੇ ਵੀ ਸਾਡੀ ਆਵਾਜ਼ ਸੁਣਦਾ ਹੋਵੇ ਸੇਵਾਦਾਰ ਉਹਦੇ ਕੋਲ ਰੂਮ ਦੀ ਚਾਬੀ ਆ ਮੁੰਡਿਆਂ ਨੇ ਖਿਡਾਰੀਆਂ ਨੇ ਲੰਗਰ ਛਕਣਾ ਆ ਉਹ ਜਾ ਕੇ ਉਹਦੇ ਰੂਮ ਦੇ ਕੋਲ ਪਹੁੰਚਵੇ ਜਲਦੀ ਟਰਾਲੀ ਲਾ ਕੇ ਨਾ ਖੜਾ ਹੋ ਵੀਰੇ ਚੱਲੇ ਜਾ ਚੱਲੇ ਪਾ ਖਿਡਾਰੀ ਉੱਥੇ ਖੜੇ ਆ ਮਾਣਕ ਨੂੰ ਭੇਜੀ ਨਾਲੇ ਓਵਰ ਟੂ ਗਰਾਊਂਡ ਲਓ ਉਧਲੇ ਪਾਸੇ ਬਹੁਤ ਵਧੀਆ ਲੱਕ ਨੂੰ ਲਪੇਟਾ ਇਕਬਾਲ ਦੀ ਕਬੱਡੀ ਦੇ ਉੱਪਰ ਤੇ ਪੁਆਇੰਟ ਜਿਹੜਾ ਫੇਰ ਰੇਡਰ ਦੇ ਵਾਸਤੇ ਚੱਲ ਵੀ ਲੱਖਿਆ ਪਾ ਕਬੱਡੀ ਨੌਜਵਾਨ ਇਹ ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ ਖਾਲੀ ਅਤ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾਂ ਦੇ ਕਿ ਖੇਡਣ ਯੋਰਾ ਨਾਲ ਕਬੱਡੀ ਪੁਸਰਦਾਰਾਂ ਦੇ ਲਓ ਉਧਲੇ ਪਾਸੇ ਖੇਡਦੇ ਕਬੱਡੀ ਤੇ ਪੁਆਇੰਟ ਫੇਰ ਜਿਹੜਾ ਰੇਡਰ ਦੇ ਵਾਸਤੇ ਜੁੜ ਗਿਆ ਨੰਬਰ ਬਜਵਾ ਕਲਾਂ ਦੀ ਵਾਸਤੇ ਜੁੜਦਾ ਹੋਇਆ ਚੱਲ ਵੀ ਸੰਦੀਪ ਪਾ ਕਬੱਡੀ ਨੌਜਵਾਨ ਸੰਦੀਪ ਬਾਬਾ ਸਿਧਵਾ ਦੋਨਾਂ ਵਾਲ ਸੁੰਦਰ ਜਿਹਾ ਜੂੜੇ ਦੇ ਉੱਪਰ ਸੁੰਦਰ ਜਿਹਾ ਜਦੋਂ ਰੁਮਾਲ ਬਣ ਕੇ ਖੇਡਦਾ ਤੇ ਇੱਕ ਵੱਖਰਤਾ ਜੀ ਇਹਨਾਂ ਮੈਦਾਨਾਂ ਦੇ ਅੰਦਰ ਪੇਸ਼ ਹੁੰਦੀ ਹੈ ਲਓ ਪਾਈ ਹੋਈ ਕਬੱਡੀ ਦੇ ਉੱਪਰ ਚਾਰਾਂ ਦੇ ਵਿੱਚੋਂ ਕਾਂ ਡੱਕੂ ਹੁਣ ਸੱਜੇ ਖੱਬੇ ਪੁਆਇੰਟ ਪੁਆਇੰਟ ਰੇਡਰ ਦਾ ਜਾਫੀ ਦਾ ਆਓ ਨੰਬਰ ਰੇਡਰ ਦੇ ਵਾਸਤੇ ਸੰਦੀਪ ਬਾਬਾ ਕਹਿੰਦੇ ਇਹਨੂੰ ਖੇਡ ਕਬੱਡੀ ਦੇ ਵਿੱਚ ਲੋਕਾਂ ਨੂੰ ਇਸਦੇ ਐਕਸ਼ਨ ਜਿਹੜੇ ਬੜੇ ਪਿਆਰੇ ਲੱਗਦੇ ਨੇ
ਚੱਲ ਵੀ ਛਿੰਦਿਆ ਪਾ ਕਬੱਡੀ ਨੌਜਵਾਨ ਹੈਲੋ ਆ ਵੀਰ ਜੀ ਗਰਾਊਂਡ ਦੇ ਵਿੱਚ ਪਿੱਛੇ ਨੂੰ ਹੋ ਜਾਓ ਮੇਰੇ ਵੀਰ ਚੀਮੇ ਵਾਲਿਓ ਵੀਰ ਜੀ ਗਰਾਊਂਡ ਦੇ ਵਿੱਚ ਵੀਰ ਜੀ ਵਾਧੂ ਨਹੀਂ ਆਉਣਾ ਚਾਹੀਦਾ ਖਿਡਾਰੀਆਂ ਤੋਂ ਬਿਨਾਂ ਬਾਕੀ ਜਿਹੜੇ ਖਿਡਾਰੀ ਵੀ ਆ ਬਾਹਰਲੇ ਪਾਸੇ ਹੋ ਕੇ ਘੁੰਮ ਫਿਰ ਲਓ ਸਰੀਰ ਗਰਮ ਕਰੋ ਜਦ ਤੱਕ ਪਲੀਜ਼ ਕਿਰਪਾ ਕਰਕੇ ਕੋਈ ਵੀ ਬਾਹਰੋਂ ਖਿਡਾਰੀਆਂ ਦੇ ਨਾਲ ਨਹੀਂ ਆਉਣਾ ਚਾਹੀਦਾ ਗਰਾਊਂਡ ਵਿੱਚ ਖਿਡਾਰੀਆਂ ਤੋਂ ਇਲਾਵਾ ਹੋਰ ਕੋਈ ਵੀ ਸਾਡਾ ਵੀਰ ਵਿੱਚ ਨਾ ਆਵੇ ਕੋਚੀ ਸਾਹਿਬਾਨਾ ਦੇ ਅੱਗੇ ਬੇਨਤੀ ਹੈ ਕਿ ਕਿਤਾਬ ਤਾਂ ਹਰ ਕੋਈ ਪਾ ਲੈਂਦਾ ਪਰ ਪੜ੍ਹਨਾ ਔਖਾ ਏ ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜਨਾ ਔਖਾ ਏ ਜੋ ਧਰਤੀ ਨੂੰ ਭੁੱਲ ਜਾਂਦਾ ਅਸਮਾਨ ਵਿੱਚ ਚਿਰ ਟਿਕਦਾ ਨਹੀਂ ਚਿਰ ਬਾਲਾ ਕਿ ਨਾਮ ਜੱਗ ਤੇ ਬਣਾਉਣਾ ਨਹੀਂ ਸੁਖਾਲਾ ਕਿ ਨਾਮ ਜੱਗ ਤੇ ਬਣਾਉਣਾ ਨਹੀਂ ਸੁਖਾਲਾ ਨਾਮ ਐਵੇਂ ਨਹੀਂ ਬਲਦੇ ਮੂੰਹ ਸਪਰੇ ਕਰਦੇ ਹੋਈ ਪੁੱਜਦੀ ਸਾਡੇ ਵੀਰ ਮੂਵ ਸਪਰੇ ਆਪਾਂ ਕਰੀਏ ਪੁੱਜਦੀ ਸਾਡੇ ਅਮਰਜੀਤ ਬਾਈ ਉਹਨਾਂ ਦਾ ਧੰਨਵਾਦ ਹੈ ਸਾਡੇ ਸੁੱਖੇ ਹੋਣੀ ਜਿਹੜੇ ਦੇਸ਼ਾਂ ਦੇ ਜਾਰੀ ਕਰ ਰਹੇ ਨੇ ਮੁੱਖ ਮੰਚ ਤੋਂ ਸੋ ਲਗਾਤਾਰ ਇਹ ਵੀ ਤਿੰਨ ਦਿਨਾਂ ਤੋਂ ਵੱਡੀਆਂ ਸਵਾਵਾਂ ਦਿੰਦੇ ਨੇ ਕਿਉਂਕਿ ਮਾਈਕ ਦੇ ਉੱਪਰ ਬੋਲਣਾ ਕੋਈ ਸੌਖੀ ਗੱਲ ਨਹੀਂ ਟੀਮਾਂ ਦਾ ਲੇਖਾ ਜੋਖਾ ਰੱਖਣਾ ਕੋਈ ਸੌਖੀ ਗੱਲ ਨਹੀਂ ਸੋ ਇਹਨਾਂ ਦਾ ਵੀ ਧੰਨਵਾਦ ਹੈ ਮੈਂ ਆਪਣੇ ਵੱਲੋਂ ਕਰਦਾ ਵਿਸ਼ੇਸ਼ ਤੌਰ ਤੇ ਹਾਂਜੀ ਅਗਲੀਆਂ ਟੀਮਾਂ ਬਿਲਕੁਲ ਤਿਆਰ ਨੇ ਜੀ ਨੱਲ ਮਾਨਕ ਤੇ ਚੀਮਿਆਂ ਦੀ ਟੀਮ ਸਾਡੇ ਕੁਲਵੰਤ ਘੋਲੀ ਹੈ ਜੀ ਗੱਲ ਕਰਨਗੇ ਉਸ ਮੈਚ ਦੀ ਸੋ ਸਾਡੇ ਵੀਰ ਦਾ ਵੀ ਧੰਨਵਾਦ ਹੈ ਉਹ ਵੀ ਤਿਆਰੀ ਫੜ ਲਵੇ ਦੁਨੀਆ ਦੇ ਵਿੱਚ ਕਰ ਲਵੇ ਅਗਲੇ ਮੈਚ ਨੂੰ ਇੱਕ ਪਾਸੇ ਸਾਡੇ ਕਹਿੰਦੇ ਉਹਨਾਂ ਦੀ ਟੀਮ ਚੀਮਿਆਂ ਦੇ ਖਿਡਾਰੀ ਖੇਡਣਗੇ ਜਿਹੜੀ ਬੜੇ ਪਿੰਡ ਦੇ ਖੇਡ ਮੇਲੇ ਦੇ ਸੈਕਟ ਵਿੱਚ ਰਹੀ ਸੀ ਸਾਡੇ ਸਾਬੀ ਸੌਤਾ ਜੀ ਉਹਨਾਂ ਦੇ ਚੇਤੀ ਜਿਹੜੀ ਟੀਮ ਖੇਡੇਗੀ ਮੈਦਾਨ ਦੇ ਅੰਦਰ ਸੋ ਅਗਲੇ ਮੁਕਾਬਲੇ ਦੀ ਗੱਲ ਸਾਡਾ ਵੀਰ ਕੁਲਵੰਤ ਘੋਲੀਆ ਕਰੇਗਾ ਉਹ ਵੀ ਤਿਆਰੀ ਫੜ ਲਵੇ ਮਾਣਕ ਸੇਵਾਦਾਰ ਜਿੱਥੇ ਵੀ ਸਾਡੀ ਆਵਾਜ਼ ਸੁਣਦਾ ਉਹ ਕਮਰਿਆਂ ਦੇ ਕੋਲ ਖੜਾ ਆ ਜਾ ਜਲਦੀ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸੰਗਤਾਂ ਨੂੰ ਪਤਾ ਹੀ ਹੈ ਕਿ ਸੰਤ ਹੀਰਾ ਦਾਸ ਸਪੋਰਟਸ ਕਲੱਬ ਵੱਲੋਂ ਇਹ 55ਵਾਂ ਕਬੱਡੀ ਟੂਰਨਾਮੈਂਟ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗ੍ਰਾਮ ਪੰਚਾਇਤ ਪਿੰਡ ਚਿੱਟੀ ਸ਼੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਅਸੀਂ ਇਸ ਮੌਕੇ 'ਤੇ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਪਾਸ ਸਾਡੀ ਬੇਨਤੀ 'ਤੇ ਵਿਸ਼ੇਸ਼ ਤੌਰ 'ਤੇ ਪਧਾਰੇ ਹਨ ਸਰਦਾਰ ਸਰਵਨ ਸਿੰਘ ਜੀ ਫਲੌਰ ਆਪਣੇ ਬਹੁਤ ਹੀ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਸਾਡੇ ਵਿਚਕਾਰ ਦਰਸ਼ਨ ਦਿੱਤੇ ਹਨ ਅਸੀਂ ਸਭ ਤੋਂ ਪਹਿਲਾਂ ਸੰਤ ਹੀਰਾ ਦਾਸ ਸਪੋਰਟਸ ਕਲੱਬ ਵੱਲੋਂ ਸਰਦਾਰ ਸਰਵਨ ਸਿੰਘ ਫਲੌਰ ਹੋਰਾਂ ਦਾ ਤਹਿਲ ਦਿਲ ਤੋਂ ਧੰਨਵਾਦ ਕਰਦੇ ਹਾਂ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਜਥੇਦਾਰ ਗੁਰਦੀਪ ਸਿੰਘ ਜੀ ਨਾਗਰਾ ਕੌਂਸਲਰ ਅਤੇ ਯੂਥ ਅਕਾਲੀ ਆਗੂ ਪਹੁੰਚੇ ਹਨ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਪਿੰਡ ਹੁਸੈਨਪੁਰ ਤੋਂ ਬਿਲਕੁਲ ਸਾਡੇ ਗੁਆਂਢੀ ਸੁਰਿੰਦਰ ਸਿੰਘ ਛਿੰਦਾ ਜੀ ਅਤੇ ਸਾਡੇ ਬਹੁਤ ਹੀ ਪਿਆਰ ਵਾਲੇ ਜਥੇਦਾਰ ਰੇਸ਼ਮ ਸਿੰਘ ਜੀ ਗੋਨਾ ਚੱਕ ਅਤੇ ਸਾਡੇ ਪਿੰਡ ਦੇ ਬਹੁਤ ਸਾਰੇ ਪਤਵੰਤੇ ਸੱਜਣ ਗ੍ਰਾਮ ਪੰਚਾਇਤ
ਪਿੰਡ ਚਿੱਟੀ ਦੇ ਸਰਪੰਚ ਗੁਰਚਰਨ ਸਿੰਘ ਜੀ ਸਹੋਤਾ ਤੇ ਸਾਰੇ ਗ੍ਰਾਮ ਪੰਚਾਇਤ ਦੇ ਮੈਂਬਰ ਅੱਜ ਇਕੱਠੇ ਹੀ ਇੱਕ ਸਟੇਜ ਤੇ ਬੈਠੇ ਹਾਂ ਇਸ ਟੂਰਨਾਮੈਂਟ ਕਰਾਉਣ ਵਾਸਤੇ ਜਿੱਥੇ ਸਾਨੂੰ ਨਗਰ ਨਿਵਾਸੀ ਸੰਗਤਾਂ ਦਾ ਸਹਿਯੋਗ ਪ੍ਰਾਪਤ ਹੁੰਦਾ ਹੈ ਉੱਥੇ ਗ੍ਰਾਮ ਪੰਚਾਇਤ ਪਿੰਡ ਚਿੱਟੀ ਤੇ ਸਾਡੇ ਪਿੰਡ ਦੇ ਵਿਦੇਸ਼ਾਂ ਵਿੱਚ ਵਸਦੇ ਚਿੱਟੀ ਦੇ ਪਰਿਵਾਰ ਦਿਲ ਖੋਲ ਕੇ ਮਾਇਆ ਭੇਜਦੇ ਹਨ ਤੇ ਬਹੁਤ ਸਾਰੇ ਉਹਨਾਂ ਵਿੱਚੋਂ ਖੁਦ ਇਸ ਟੂਰਨਾਮੈਂਟ ਵਿੱਚ ਹਾਜ਼ਰੀ ਭਰਦੇ ਹਨ ਅਸੀਂ ਸੰਤ ਹੀਰਾ ਦਾ ਸਪੋਰਟਸ ਕਲੱਬ ਗ੍ਰਾਮ ਪੰਚਾਇਤ ਪਿੰਡ ਚਿੱਟੀ ਤੇ ਵਿਦੇਸ਼ਾਂ ਵਿੱਚ ਵਸਦੇ ਚਿੱਟੀ ਪਰਿਵਾਰਾਂ ਵੱਲੋਂ ਸਭ ਤੋਂ ਪਹਿਲਾਂ ਸਰਦਾਰ ਸਰਵਨ ਸਿੰਘ ਫਲੌਰ MLA ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸੰਗਤਾਂ ਨੂੰ ਅਸੀਂ ਇੱਕ ਖੁਸ਼ਖਬਰੀ ਦੇਣੀ ਚਾਹੁੰਦੇ ਹਾਂ ਕਿ ਸਰਵਨ ਸਿੰਘ ਫਲੌਰ ਹੋਰਾਂ ਨੇ ਹੁਣੇ ਹੁਣੇ ਹੀ ਸਾਡੀ ਗ੍ਰਾਮ ਪੰਚਾਇਤ ਪਿੰਡ ਚਿੱਟੀ ਨੂੰ ਗੁਰਚਰਨ ਸਿੰਘ ਸਹੋਤਾ ਤੇ ਸਾਡੇ ਹੋਰ ਸੰਤ ਹਿਰਦਾ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨੂੰ 30 ਲੱਖ ਰੁਪਏ ਦੀ ਗ੍ਰਾਂਟ ਭੇਜੀ ਹੈ ਪਿੰਡ ਦੇ ਪਿੰਡ ਚਿੱਟੀ ਕਾਰਜਾਂ ਲਈ ਪਿੰਡ ਚਿੱਟੀ ਦੇ ਵਿਕਾਸ ਕਾਰਜਾਂ ਲਈ ਹੁਣੇ ਹੁਣੇ 30 ਲੱਖ ਰੁਪਈਆ ਭੇਜਿਆ ਹੈ ਇਸ ਤੋਂ ਪਹਿਲਾਂ ਵੀ ਜੇ ਮੈਂ ਭੁੱਲਦਾ ਨਾ ਹੋਵਾਂ ਤੇ 18 ਲੱਖ ਦੀ ਰਕਮ ਇਮਦਾਦ ਵਜੋਂ ਸਰਦਾਰ ਸਰਵਨ ਸਿੰਘ ਫਲੌਰ ਹੋਰੀ ਇਸ ਪਿੰਡ ਨੂੰ ਦੇ ਚੁੱਕੇ ਹਨ ਤੁਸੀਂ ਕਹਿਣਾ ਇੰਨੀ ਭਾਰੀ ਰਕਮ ਦੇ ਕੇ ਅਜੇ ਵੀ ਤੁਸੀਂ ਹੋਰ ਰਕਮ ਦੀ ਮੰਗ ਕਰਦੇ ਆ ਫਲੌਰ ਸਾਹਿਬ ਪਿੰਡ ਬਹੁਤ ਵੱਡਾ ਜਦੋਂ ਵੀ ਅਸੀਂ ਕਿਸੇ ਲੀਡਰ ਨੂੰ ਕਿਸੇ ਵਜ਼ੀਰ ਨੂੰ ਕਿਸੇ MLA ਸਾਹਿਬ ਨੂੰ ਸੱਦਦੇ ਹਾਂ ਤੇ ਸਾਡੀਆਂ ਮੰਗਾਂ ਦੀ ਜੋ ਲਿਸਟ ਹੈ ਉਹ ਅਧੂਰੀ ਹੀ ਰਹਿ ਜਾਂਦੀ ਹੈ ਕਿਉਂਕਿ ਪਿੰਡ ਬਹੁਤ ਵੱਡਾ ਹੈ ਪਿੰਡ ਦੀ ਆਬਾਦੀ ਬਹੁਤ ਹੈ ਪਿੰਡ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਹਨ ਪਿੰਡ ਦੇ ਬਹੁਤ ਸਾਰੇ ਜਿਹੜੇ ਵਿਕਾਸ ਕਾਰਜ ਹਨ ਉਹ ਅਜੇ ਵੀ ਅਧੂਰੇ ਪਏ ਹਨ ਸੋ ਸਭ ਤੋਂ ਪਹਿਲਾਂ ਮੈਂ ਸਾਡੇ ਸੰਤ ਹੀਰਾ ਦਾਸ ਸਪੋਰਟਸ ਕਲੱਬ ਦੇ ਜੋ ਸੈਕਟਰੀ ਹਨ ਸਰਦਾਰ ਬਲਵੀਰ ਸਿੰਘ ਜੇਠਵਾਲ ਮੈਂ ਉਹਨਾਂ ਦੀ ਸੇਵਾ ਵਿੱਚ ਬੇਨਤੀ ਕਰਦਾ ਹਾਂ ਕਿ ਉਹ ਸਰਦਾਰ ਸਰਵਨ ਸਿੰਘ ਫਲੌਰ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਨ ਜੀ ਆਇਆਂ ਨੂੰ ਕਹਿਣ ਆਓ ਜੀ ਬਲਵੀਰ ਸਿੰਘ ਜੇਠਵਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀ ਵੀਰੋ ਤੇ ਭਰਾਵੋ ਦਰਸ਼ਕੋ ਤੇ ਖਿਡਾਰੀਓ ਅੱਜ ਬਹੁਤ ਹੀ ਖੁਸ਼ੀ ਭਰਿਆ ਦਿਨ ਹੈ 55ਵਾਂ ਕਬੱਡੀ ਟੂਰਨਾਮੈਂਟ ਸੰਤ ਹੀਰਾ ਦਾਸ ਜੀ ਦੇ ਵਿਹੜੇ ਵਿੱਚ ਚੱਲ ਰਿਹਾ ਬਾਹਰੋਂ NRI ਵੀਰ ਵੀ ਇਸ ਟੂਰਨਾਮੈਂਟ ਦੇ ਰੌਣਕ ਨੂੰ ਵਧਾਉਣ ਲਈ ਸ਼ਾਮਲ ਹੋਏ ਆ ਅੱਜ ਜੇਤੂ ਟੀਮਾਂ ਨੂੰ ਇਨਾਮ ਦੇਣ ਲਈ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਸਰਵਨ ਸਿੰਘ ਜੀ ਫਲੌਰ ਸਾਹਿਬ ਉਹਨਾਂ ਦੇ ਨਾਲ ਸਰਦਾਰ ਗੁਰਦੀਪ ਸਿੰਘ ਜੀ ਨਾਗਰਾ ਕੌਂਸਲਰ ਨਾਲ ਜਹਿਦਾਰ ਜੀ ਰੇਸ਼ਮ ਸਿੰਘ ਜੀ ਗੋਨਾ ਚੱਕ ਸ੍ਰੀ ਓਮ ਪ੍ਰਕਾਸ਼ ਜੀ ਭਾਟੀਆ ਸਾਹਿਬ ਉਹ ਵੀ ਉਹਨਾਂ ਦੇ ਨਾਲ ਤਸ਼ਰੀਫ ਲਾਏ ਨੇ ਮੈਂ ਸਮੂਹ ਸਪੋਰਟਸ ਕਲੱਬ ਵੱਲੋਂ ਨਗਰ ਪੰਚਾਇਤ ਵੱਲੋਂ NRI ਵੀਰਾਂ ਵੱਲੋਂ ਫਲੌਰ ਸਾਹਿਬ ਦਾ ਇੱਥੇ ਆਉਣ 'ਤੇ ਜੀ ਆਇਆਂ ਕਹਿੰਦਾ ਸਾਡੇ ਮਾਸਟਰ ਜੀ ਨੇ ਦੱਸ ਦਿੱਤਾ ਕਿ ਫਲੌਰ ਸਾਹਿਬ ਦੀ ਬਹੁਤ ਵੱਡੀ ਦੇਣ ਆ ਪਿੰਡ ਵਾਸਤੇ ਤਕਰੀਬਨ 30 ਲੱਖ ਰੁਪਈਏ ਦੀ ਗ੍ਰਾਂਟ ਜੋ ਇਹਨਾਂ ਇਸ਼ੂ ਕੀਤੀ ਆ 17-18 ਲੱਖ ਰੁਪਈਆ ਜੋ ਉਹਨਾਂ ਦੀ ਨਵੀਂ ਪੰਚਾਇਤ ਵਿੱਚ ਆਈ ਆ ਉਦੋਂ ਦਾ ਪਿੰਡ ਵਾਸਤੇ ਬਹੁਤ ਵਿਕਾਸ ਹੋਇਆ ਪਰ ਮੈਂ ਇੱਕ ਬੇਨਤੀ ਕਰੂੰਗਾ ਫਲੌਰ ਸਾਹਿਬ ਨੂੰ ਗ੍ਰਾਂਟ ਬਹੁਤ ਪੈਸੇ ਦਿੱਤੀ ਆ ਪਿੰਡ ਵੀ ਬਹੁਤ ਵੱਡਾ ਆ ਅਜੇ ਵੀ ਵਿਕਾਸ ਦੇ ਕਾਰਜ ਜਿਹੜੇ ਆ ਉਹ ਕੁਛ ਅਧੂਰੇ ਪਏ ਦੀ ਲੋੜ ਆ ਤੇ ਇੱਕ ਮੈਂ ਹੋਰ ਬੇਨਤੀ ਕਰੂੰਗਾ ਸਪੋਰਟਸ ਕਲੱਬ ਵੱਲੋਂ ਕਿ ਫਲੌਰ ਸਾਹਿਬ ਸਟੇਡੀਅਮ ਦੇ ਵਿੱਚ ਨਵਸਾਰੀ ਵਾਸਤੇ ਪਿਛਲੇ ਸਾਲ ਵੀ ਬੇਨਤੀ ਕੀਤੀ ਸੀ ਵੀ ਇਹਦੀ ਨਵਸਾਰੀ ਵਾਸਤੇ ਵੀ ਸਾਨੂੰ ਕੋਈ 4-5 ਲੱਖ ਰੁਪਏ ਦੀ ਲੋੜ ਆ ਤੇ ਇੱਥੇ ਕਿਰਪਾ ਕਰਿਓ ਹੈਲੋ ਇਹਦਾ ਜ਼ਰੂਰ ਇਸ ਸਾਲ ਹੱਲ ਹੋ ਜਾਵੇ ਸਾਡੇ NRI ਵੀਰ ਇਹ ਹੈਲੋ
ਮੇਰੀ ਨੰਨ ਮਾਨਕਿਆਂ ਦੀ ਟੀਮ ਨੂੰ ਬੇਨਤੀ ਹੈ, ਚੀਮੇ ਕਲਾਂ ਦੀ ਟੀਮ ਗਰਾਊਂਡ ਦੇ ਵਿੱਚ ਹੈ, ਨੰਨ ਮਾਨਕਿਆਂ ਦੀ ਟੀਮ ਖੇਡ ਗਰਾਊਂਡ ਦੇ ਵਿੱਚ ਆ ਜਾਵੇ। ਚੀਮੇ ਕਲਾਂ ਦੀ ਟੀਮ ਨੂੰ ਕਾਫੀ ਸਮਾਂ ਹੋ ਗਿਆ ਖੇਡ ਗਰਾਊਂਡ ਦੇ ਵਿੱਚ ਆਈ ਨੂੰ, ਨੰਨ ਮਾਨਕਿਆਂ ਦੀ ਟੀਮ ਨੂੰ ਮੇਰੀ ਬੇਨਤੀ ਹੈ ਟੀਮ ਗਰਾਊਂਡ ਦੇ ਵਿੱਚ ਆ ਜਾਵੇ। ਮੈਂ ਇੱਕ ਵਾਰ ਫਿਰ ਨਲ ਮਾਨਕ ਆ ਜਾਓ ਖਿਡਾਰੀਓ, ਜਲਦੀ ਆ ਜਾਓ ਮੇਰੇ ਵੀਰ ਪਲੇਅਰ। ਮੈਂ ਅਗਲਾ ਦੇ ਇੱਕ ਵਾਰ ਮੈਂ ਫਿਰ ਫਲੋਰ ਸਾਹਿਬ ਦਾ ਇੱਥੇ ਆਉਣ 'ਤੇ ਜੀ ਆਇਆਂ ਆਖਦਾ। ਹੁਣ ਅਸੀਂ ਜਿਨ੍ਹਾਂ ਵੀਰਾਂ ਨੇ ਨੌ ਸਾਡੇ ਕਲੱਬ ਨੂੰ ਮਾਈਕ ਸਹਾਇਤਾ ਭੇਜੀ ਆ ਉਹਨਾਂ ਦੇ ਸਨਮਾਨ ਕਰਨ ਜਾ ਰਹੇ ਹਾਂ। ਮੈਂ ਮਾਸਟਰ ਜੀ ਨੂੰ ਬੇਨਤੀ ਕਰੂੰਗਾ ਉਹਨਾਂ ਦੇ ਨਾਵਾਂ ਦੀ ਲਿਸਟ ਪੜ੍ਹੀ ਜਾਵੇ ਤਾਂ ਕਿ ਆਪਾਂ ਸਨਮਾਨ ਦੇ ਸਕੀਏ। ਫਲੋਰ ਸਾਹਿਬ ਨੂੰ ਬੇਨਤੀ ਆ ਵੀ ਸਾਡੇ ਵੀਰ ਆ ਐਨ ਆਰ ਆਈ ਜਿਹੜੇ ਬੈਠੇ ਆ ਉਹਨਾਂ ਦੇ ਜੋ ਮਾਇਆ ਭੇਜੀ ਆ ਉਹਨਾਂ ਦਾ ਸਨਮਾਨ ਉਹਨਾਂ ਦੇ ਕਰਨੇ ਆ। ਸਟੇਜ ਦੇ ਮੂਹਰੇ ਆ ਕੇ ਇੱਥੇ ਉੱਪਰ ਕਰਨਗੇ ਤੁਹਾਨੂੰ ਉਸ ਤੋਂ ਪਹਿਲਾਂ ਸਾਡੇ ਸਰਦਾਰ ਬਲਵੀਰ ਸਿੰਘ ਜੀ ਅਠਵਾਲ ਜੋਕੀ ਵੱਲੋਂ ਉਹਨਾਂ ਨੂੰ ਬੇਨਤੀ ਆ ਵੀ ਉਹ ਵੀ ਸੰਗਤਾਂ ਨਾਲ ਦੋ ਕੁ ਮਿੰਟ ਵਾਸਤੇ ਆਪਣੇ ਵਿਚਾਰ ਸਾਂਝੇ ਕਰਨ। ਉਸ ਤੋਂ ਉਪਰੰਤ ਆਪਾਂ ਸਨਮਾਨ ਦੇਣੇ ਆ। ਹਾਂਜੀ ਸਰਦਾਰ ਬਲਵੀਰ ਸਿੰਘ ਜੀ ਅਠਵਾਲ ਜੋਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ, ਮੈਂ MLA ਸਾਹਿਬ ਦਾ ਬਹੁਤ ਮਸ਼ਹੂਰ ਹਾਂ ਅਤੇ ਨਾਲ ਹੀ ਸਾਡੇ ਫਲੋਰਾ ਜੀ MLA ਸਾਹਿਬ ਕਹਾਵਤ ਹੈ, ਇਨਸਾਨ ਥੋੜ੍ਹਾ ਜਿਹਾ ਮਚੂਰ ਹੋ ਜਾਵੇ ਅਸੀਂ ਉਹਨੂੰ ਕਹਿੰਦੇ ਹਾਂ ਡਿਸਫੰਕਸ਼ਨ ਹੋ ਗਿਆ, ਫੰਕਸ਼ਨ ਨਹੀਂ ਡਿਸਫੰਕਸ਼ਨੈਲਿਟੀ ਕਹਿੰਦੇ ਹਾਂ। ਮੈਂ NRE ਚਿੱਟੀ ਦੇ ਅਠਵਾਲ ਅਤੇ ਜੋ ਵੀ ਮੇਰੇ ਵੀਰ, ਮੇਰੀਆਂ ਭੈਣਾਂ, ਮੇਰੇ ਬਜ਼ੁਰਗ ਚਾਹੇ ਆਸਟ੍ਰੇਲੀਆ ਬੈਠੇ ਨੇ, ਚਾਹੇ ਕੈਨੇਡਾ ਬੈਠੇ ਨੇ, ਚਾਹੇ ਅਮਰੀਕਾ ਮੈਂ, ਚਾਹੇ UK ਹੈ, ਮੈਂ ਉਹਨਾਂ ਸਾਰਿਆਂ ਵੱਲੋਂ ਫਲੋਰਾ ਜੀ ਆਪ ਦਾ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਬਹੁਤ ਇਹ ਪਿੰਡ ਦੀਆਂ